ਪੰਜਾਬ ਸਰਕਾਰ ਨੇ 2023 ਦਾ ਕੈਲੰਡਰ ਵੀ ਜਾਰੀ ਕਰ ਦਿੱਤਾ ਹੈ ਹਰ ਸਾਲ ਦੀ ਤਰ੍ਹਾਂ ਕੈਲੰਡਰ ਜਾਰੀ ਹੁੰਦਾ ਕੋਈ ਨਵੀਂ ਗੱਲ ਨਹੀਂ ਹੈ ਪਰ ਅੱਜ ਜਿਹੜੀ ਇਸ ਰਿਪੋਰਟ ਵਿੱਚ ਅਸੀਂ ਦੱਸਾਂਗੇ ਕਿ ਪੰਜਾਬ ਸਰਕਾਰ ਨੇ 84 ਤੋਂ ਲੈ ਕੇ ਮੁੱਖ ਸਕੱਤਰ ਤੱਕ ਜਿਹੜੇ ਕਰਮਚਾਰੀ ਅਫਸਰ ਅਧਿਕਾਰੀ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਜਿਹੜੀਆਂ ਛੁੱਟੀਆਂ ਦੇਣ ਦਾ ਜਿਹੜਾ ਐਲਾਨ ਕੀਤਾ ਹੈ ਉਸ ਦੇ ਵਿੱਚ ਕਿੰਨੀਆਂ ਛੁੱਟੀਆਂ ਨੇ ਇੱਕ ਸਾਲ ਦੇ ਵਿੱਚ ਸਰਕਾਰ ਕੰਮ ਕਿੰਨੇ ਦਿਨ ਕਰਦੀ ਹੈ ਸ਼ਨੀਵਾਰ ਤੇ ਐਤਵਾਰ ਮੋٹے ਤੌਰ ਦੇ ਉੱਤੇ ਇਹ ਹਫ਼ਤੇ ਦੇ ਵਿੱਚੋਂ ਦੋ ਦਿਨ ਜੇਕਰ ਕੱਢ ਦਿੱਤੇ ਜਾਣ ਤਾਂ ਹਫ਼ਤੇ ਦੇ ਵਿੱਚ ਦਿਨ ਵੀ 5 ਬਣਦੇ ਨੇ 5 ਹਫ਼ਤੇ ਦੇ ਵਿੱਚ 5 ਦਿਨ ਕੰਮ ਕਰਨ ਵਾਲੇ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਇਸ ਤੋਂ ਇਲਾਵਾ ਵੀ ਕਿਹੜੀਆਂ ਛੁੱਟੀਆਂ ਹੁੰਦੀਆਂ ਨੇ ਇਹ ਛੁੱਟੀਆਂ ਦੀ ਗਿਣਤੀ ਕਿੰਨੀ ਬਣਦੀ ਹੈ ਸਰਕਾਰ ਐਨੇ ਸੀਮਤ ਦਿਨਾਂ ਦੇ ਵਿੱਚ ਕੰਮ ਕਰਦੀ ਹੈ ਕਿਉਂਕਿ ਇੱਕ ਲੀਪਸ ਦੇ ਸਾਲ ਨੂੰ ਛੱਡ ਦਈਏ ਤਾਂ 365 ਦਿਨ ਹੁੰਦੇ ਨੇ ਇੱਕ ਸਾਲ ਦੇ ਵਿੱਚ ਸਭ ਜਾਣਦੇ ਨੇ ਤੇ ਇੱਕ ਦਿਨ ਲੀਪ ਸਾਲ ਦਾ ਵੀ ਜੋੜ ਲਿਆ ਜਾਵੇ ਤਾਂ 366 ਬਣਦੇ ਨੇ 365 ਦਿਨਾਂ ਦੇ ਵਿੱਚੋਂ 176 ਦਿਨ ਦੇ ਕਰੀਬ ਹੈ ਜਿਹੜੀ ਉਹ ਸਰਕਾਰ ਆ ਜਿਹੜੀ ਉਹ ਉਸ ਦੇ ਵਿੱਚੋਂ ਛੁੱਟੀਆਂ ਕਰ ਲੈਂਦੀ ਹੈ ਉਹ 176 ਛੁੱਟੀਆਂ ਸਾਲ ਦੇ ਵਿੱਚ ਕਿਵੇਂ ਬਣਦੀਆਂ ਨੇ ਇਹ ਸਾਰਾ ਵੇਰਵਾ ਪਹਿਲਾਂ ਵੀ ਦਿੱਤਾ ਜਾਂਦਾ ਤੇ ਹੁਣ ਵੀ ਦਿੱਤਾ ਗਿਆ ਤੇ ਇਸ ਸਾਲ ਵੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਸ਼ਨੀ ਐਤਵਾਰ ਦੇ ਦੋ ਦਿਨਾਂ ਨੂੰ ਕੱਢਣ ਤੋਂ ਬਾਅਦ ਵੀ ਕਿੰਨੀਆਂ ਛੁੱਟੀਆਂ ਹੋਰ ਕਰਦੇ ਨੇ ਵਿਸਥਾਰ ਦੇ ਨਾਲ ਦੱਸਾਂਗੇ ਜੇਕਰ ਸ਼ਨੀ ਐਤਵਾਰ ਤੇ ਕੱਢ ਦਿੱਤੇ ਜਾਣ ਤਾ 1 ਸਾਲ ਦੇ ਵਿੱਚ 365 ਦਿਨਾਂ ਦੇ ਵਿੱਚੋਂ 96 ਛੁੱਟੀਆਂ ਸਿੱਧੇ ਤੌਰ ਤੇ ਇਹ ਬਣਦੀਆਂ ਨੇ ਚਾਰ ਘਟ 100 ਦਿਨ ਤਾਂ ਇਹੀ ਮਾਈਨਸ ਹੋ ਜਾਂਦੇ ਨੇ ਸਾਲ ਦੇ ਵਿੱਚੋਂ ਤੇ ਉਸ ਤੋਂ ਬਾਅਦ ਜਿਹੜੀਆਂ ਗੈਸਟਡ ਛੁੱਟੀਆਂ ਹੁੰਦੀਆਂ ਨੇ ਸਰਕਾਰੀ ਕਰਮਚਾਰੀਆਂ ਮੁਲਾਜ਼ਮਾਂ ਦੇ ਲਈ ਉਹ 26 ਰੱਖੀਆਂ ਗਈਆਂ ਨੇ 2023 ਦੇ ਵਿੱਚ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਰਿਜ਼ਰਵ ਛੁੱਟੀਆਂ ਹੁੰਦੀਆਂ ਨੇ ਜਿਸ ਦੇ ਵਿੱਚੋਂ ਹਰੇਕ ਮੁਲਾਜ਼ਮ ਨੂੰ ਜਿਹੜੀਆਂ ਦੋ ਛੁੱਟੀਆਂ ਲੈਣ ਦੀ ਆਗਿਆ ਹੁੰਦੀ ਹੈ ਉਸ ਦੇ ਵਿੱਚੋਂ ਲੈ ਸਕਦਾ ਉਹ 26 ਛੁੱਟੀਆਂ ਕਿਹੜੀਆਂ ਨੇ ਇਹ ਵੀ ਅੱਗੇ ਦੱਸਾਂਗੇ ਪਰ ਉਸ ਦੇ ਵਿੱਚੋਂ ਦੋ ਛੁੱਟੀਆਂ ਲਈਆਂ ਜਾਂਦੀਆਂ ਨੇ ਜੇਕਰ ਇੱਕ ਲੱਖ ਮੁਲਾਜ਼ਮ ਕੰਮ ਕਰਦਾ ਹੈ ਤਾਂ ਇਸ ਦਾ ਮਤਲਬ ਉਸ ਦੇ ਵਿੱਚੋਂ ਜਿਹੜੇ 20000 ਮੁਲਾਜ਼ਮ ਉਸ ਦਿਨ ਛੁੱਟੀ ਤੇ ਹੁੰਦੇ ਨੇ ਜੇਕਰ ਉਹ ਦੋ ਦਿਨ ਉਸੇ ਦਿਨ ਲੈ ਲਿਆ ਜਾਣ ਇਸ ਤਰੀਕੇ ਦੇ ਨਾਲ ਇਹ ਛੁੱਟੀਆਂ ਦੀ ਗਿਣਤੀ ਹੋਰ ਵੱਧ ਜਾਂਦੀ ਹੈ اسی ਤਰੀਕੇ ਦੇ ਨਾਲ ਕੁਝ ਦਿਨ ਅਹਿਮ ਹੁੰਦੇ ਨੇ ਜਿਹੜੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਜੁੜੇ ਹੁੰਦੇ ਨੇ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਹੁੰਦੇ ਨੇ ਉਹ ਜਿਹੜੀਆਂ ਸ਼ੋਭਾ ਯਾਤਰਾਵਾਂ ਨਿਕਲਦੀਆਂ ਨੇ ਕਿਸੇ ਧਾਰਮਿਕ ਸਮਾਗਮ ਦੀਆਂ ਨਗਰ ਕੀਰਤਨ ਨਿਕਲਦੇ ਨੇ ਜਾਂ ਫਿਰ ਪੰਜਾਬੀ ਸੱਭਿਆਚਾਰ ਪਛੋਕੜ ਦੇ ਨਾਲ ਜੁੜੇ ਕੁਝ ਅਹਿਮ ਖਾਸ ਦਿਨ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਛੁੱਟੀਆਂ ਨੇ ਉਹ ਵੀ 15 ਰੱਖੀਆਂ ਗਈਆਂ ਨੇ ਉਹ ਵੀ ਲਈਆਂ ਜਾ ਸਕਦੀਆਂ ਨੇ ਜਿਸ ਦੇ ਵਿੱਚੋਂ ਕਈ ਹਾਫ ਡੇ ਵੀ ਲਏ ਜਾਂਦੇ ਨੇ ਅੱਧੀ ਛੁੱਟੀ ਵੀ ਲਈ ਜਾਂਦੀ ਹੈ ਇਸ ਤਰੀਕੇ ਦੇ ਨਾਲ ਇੱਕ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਕੋਈ ਐਮਰਜੈਂਸੀ ਦੇ ਦੌਰਾਨ ਜਾਂ ਕੋਈ ਕਿਸੇ ਸੀਨੀਅਰ ਲੀਡਰਸ਼ਿਪ ਦੀ ਜਾਂ ਕਿਸੇ ਦੇਸ਼ ਪੱਧਰ ਦੇ ਉੱਤੇ ਜਾਂ ਸੂਬਾ ਪੱਧਰ ਦੇ ਵਿੱਚ ਕਿਸੇ ਸਿਆਸੀ ਆਗੂ ਦੀ ਮੌਤ ਹੋ ਜਾਂਦੀ ਹੈ ਫੌਤ ਹੋ ਜਾਂਦਾ ਤੇ ਉਸ ਦੇ ਜਿਹੜਾ ਸ਼ੋਕ ਮਤੇ ਦੇ ਵਜੋਂ ਵੀ ਇੱਕ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਜੇ ਜੋ ਕਿ ਤਕਰੀਬਨ ਅੱਧੇ ਦਿਨ ਦੀ ਛੁੱਟੀ ਉਹ ਵੀ ਕਰ ਦਿੱਤੀ ਜਾਂਦੀ ਹੈ ਤਾਂ 10 ਗਿਣਤੀ ਉਹਨਾਂ ਦੀ ਵੀ ਬਣਦੀ ਹੈ ਇਸ ਤਰੀਕੇ ਦੇ ਨਾਲ 176 ਜਿਹੜੀਆਂ ਛੁੱਟੀਆਂ ਨੇ ਉਹ ਬਣ ਜਾਂਦੀਆਂ ਨੇ ਪੂਰੇ ਸਾਲ ਦੇ ਵਿੱਚ 365 ਦਿਨਾਂ ਦੇ ਵਿੱਚੋਂ ਤਾਂ ਚਪੜਾਸੀ ਤੋਂ ਲੈ ਕੇ ਮੁਖ ਸਕੱਤਰ ਤੱਕ ਚਾਹੇ ਕੋਈ ਕੱਚਾ ਮਲਾਜਮ ਹੈ ਚਾਹੇ ਕੋਈ ਪੱਕਾ ਮੁਲਾਜ਼ਮ ਹੈ ਛੁੱਟੀਆਂ ਸਾਰਿਆਂ ਤੇ ਲਾਗੂ ਹੁੰਦੀਆਂ ਨੇ ਤਾਂ ਇਥੋਂ ਇਹ ਪਤਾ ਲੱਗਦਾ ਹੈ ਕਿ 1 ਸਾਲ ਦੇ ਵਿੱਚ ਸਰਕਾਰ ਕੰਮ ਕਿੰਨੇ ਦਿਨ ਕਰਦੀ ਹੈ ਔਰ ਬਾਕੀ ਜਿਹੜੇ ਕੰਮ ਰਹਿ ਗਏ 199 ਦਿਨ ਰਹਿ ਜਾਂਦੇ ਨੇ 365 ਦਿਨਾਂ ਦੇ ਵਿੱਚੋਂ ਉਹ ਹੁਣ ਤੁਸੀਂ ਦੱਸ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਡੇ ਉਹਨਾਂ 199 ਦਿਨਾਂ ਦੇ ਵਿੱਚ ਕੰਮ ਸਮੇਂ ਸਿਰ ਨੇਪਰੇ ਚੜਦੇ ਨੇ ਜਾਂ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਂਦਿਆਂ ਦੀਆਂ ਜੁੱਤੀਆਂ ਘਸ ਜਾਂਦੀਆਂ ਨੇ ਇਹ ਤਾਂ ਤੁਸੀਂ ਖੁਦ ਜਾਣਦੇ ਹੋ ਕਿਉਂਕਿ ਸਾਰਿਆਂ ਦਾ ਸਰਕਾਰੀ ਦਫ਼ਤਰਾਂ ਦੇ ਨਾਲ ਵਾਹ ਪੈਂਦਾ ਚਾਹੇ ਉਹ ਜ਼ਿਲ੍ਹਾ ਪੱਧਰ ਤੇ ਦਫ਼ਤਰ ਹੋਣ ਚਾਹੇ ਪੰਜਾਬ ਸੂਬੇ ਦੇ ਦਫ਼ਤਰ ਹੋਣ ਉਸ ਮੁਹਾਲੀ ਦੇ ਵਿੱਚ ਵੀ ਸਥਿਤ ਨੇ ਕੋਈ ਦਫ਼ਤਰ ਤੇ ਕੋਈ ਦਫ਼ਤਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੀ ਨੇ ਚਾਹੇ ਉਹ ਮੁੱਖ ਸਕੱਤਰੇ ਦੀ ਗੱਲ ਕਿਉਂ ਨਾ ਹੋਵੇ ਸ਼ਨੀ ਐਤਵਾਰ ਦੇ 96 ਦਿਨ ਗਏ ਵਿੱਚੋਂ ਮਾਈਨਸ ਹੋ ਗਏ ਤੇ ਇਸ ਦੇ ਨਾਲ ਹੀ 26 ਦਿਨ ਨੇ ਜਿਹੜੇ ਉਹ ਗੈਸਟਡ ਛੁੱਟੀਆਂ ਦੇ ਦਿੱਤੀਆਂ ਜਾਂਦੀਆਂ ਨੇ ਤੇ ਰਿਜ਼ਰਵ ਛੁੱਟੀਆਂ ਵੀ 29 ਤਕਰੀਬਨ ਰੱਖੀਆਂ ਗਈਆਂ ਨੇ ਜਿਸ ਦੇ ਵਿੱਚੋਂ ਹਰੇਕ ਮੁਲਾਜ਼ਮ ਨੂੰ ਹਰੇਕ ਅਧਿਕਾਰੀ ਨੂੰ ਹਰੇਕ ਸਰਕਾਰੀ ਕਰਮਚਾਰੀ ਨੂੰ 2 ਦਿਨ ਉਸ ਦੇ ਵਿੱਚੋਂ ਰਾਖਵੇਂ ਹੁੰਦੇ ਨੇ ਚਾਹੇ ਉਹ ਕੋ ਕੱਚਾ ਮੁਲਾਜ਼ਮ ਹੈ ਚਾਹੇ ਪੱਕਾ ਮੁਲਾਜ਼ਮ ਹੈ ਇਸ ਤਰੀਕੇ ਦੇ ਨਾਲ ਇਹ ਛੁੱਟੀਆਂ ਨੇ ਜਿਹੜੀਆਂ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਨੇ ਜਿਹੜੇ ਅਡਹੋਕ ਬੇਸ ਤੇ ਹੁੰਦੇ ਨੇ ਚਾਹੇ ਉਹਨਾਂ ਨੂੰ ਕੰਮ ਉਸੇ ਤਰੀਕੇ ਨਾਲ ਰੈਗੂਲਰ ਮੁਲਾਜ਼ਮ ਦੀ ਤਰ੍ਹਾਂ ਲਿਆ ਜਾਂਦਾ ਪਰ ਤਨਖਾਹਾਂ ਤੇ ਭੱਤਿਆਂ ਦੇ ਵਿੱਚ ਕਮੀ ਹੁੰਦੀ ਹੈ ਪਰ ਜਿਹੜੀ ਛੁੱਟੀ ਦਾ ਮਸਲਾ ਹੈ ਇਸ ਦੇ ਵਿੱਚ ਸਾਰਿਆਂ ਨੂੰ ਛੁੱਟੀਆਂ ਜਿਹੜੀਆਂ ਨੇ ਤਕਰੀਬਨ ਤਕਰੀਬਨ ਮਿਲ ਜਾਂਦੀਆਂ ਨੇ ਤਾਂ ਪੂਰੇ ਸਾਲ ਦੇ ਵਿੱਚ ਜਿਹੜੀ ਸਰਕਾਰ ਤੇ ਸਰਕਾਰ ਦੇ ਮੁਲਾਜ਼ਮ ਨੇ ਜਿਹੜੇ ਅਹਿਮ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਉਹ ਤਕਰੀਬਨ 176 ਦਿਨ ਛੁੱਟੀ ਤੇ ਰਹਿੰਦੇ ਨੇ ਹੁਣ ਗੱਲ ਕਰਦੇ ਆ ਕਿ ਜਿਹੜੀਆਂ 26 ਗ੍ਰੇਟਡ ਛੁੱਟੀਆਂ ਨੇ ਉਸ ਦੇ ਵਿੱਚ ਕੋਈ ਧਾਰਮਿਕ ਛੁੱਟੀਆਂ ਨੇ ਕੁਝ ਸਾਡੇ ਸ਼ਹੀਦਾਂ ਨਾਲ ਸੰਬੰਧਿਤ ਨੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਨੇ ਜਨਮ ਦਿਹਾੜੇ ਸ਼ਹੀਦੀ ਦਿਹਾੜੇ ਨੇ ਜਿਨ੍ਹਾਂ ਦੇ ਮੌਕੇ ਇਹ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਗਣਤੰਤਰ ਦਿਵਸ ਵੀ ਸ਼ਾਮਲ ਹੈ 26 ਜਨਵਰੀ ਦਾ ਦਿਨ ਵੀ ਸ਼ਾਮਲ ਹੈ ਇਸ ਤੋਂ ਇਲਾਵਾ 15 ਅਗਸਤ ਆਜ਼ਾਦੀ ਦਿਹਾੜਾ ਵੀ ਸ਼ਾਮਲ ਹੈ ਆ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਜਿਹੜੀਆਂ 29 ਰੱਖਵੀਆਂ ਰੱਖੀਆਂ ਜਾਂਦੀਆਂ ਨੇ ਅ ਛੁੱਟੀਆਂ ਉਸ ਦੇ ਵਿੱਚ ਨਵਾਂ ਸਾਲ ਜਿਹੜਾ ਪਹਿਲੀ ਜਨਵਰੀ ਸਾਲ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਉਹ ਵੀ ਇੱਕ ਰੱਖਵੀਆਂ ਛੁੱਟੀਆਂ ਦੇ ਵਿੱਚ ਦਿਨ ਰੱਖ ਦਿੱਤਾ ਜਾਂਦਾ ਹੈ ਉਹ ਅਕਸਰ ਕਿਹਾ ਜਾਂਦਾ ਹੈ ਆਮ ਤੌਰ ਦੇ ਉੱਤੇ ਕਿ ਜਿਸ ਦੀ ਸ਼ੁਰੂਆਤ ਸਾਲ ਦੇ ਪਹਿਲੇ ਦਿਨ ਵਿੱਚ ਜਿਸ ਤਰ੍ਹਾਂ ਦੀ ਹੁੰਦੀ ਹੈ ਚਾਹੇ ਉਹ ਸਹੀ ਹੈ ਜਾਂ ਗਲਤ ਹੈ ਧਾਰਨਾ ਪਰ ਇੱਕ ਬਣੀ ਹੋਈ ਆ ਗੱਲ ਕਿ ਜੇ ਇਸ ਤਰ੍ਹਾਂ ਦੀ ਸ਼ੁਰੂਆਤ ਹੁੰਦੀ ਹੈ ਉਸੇ ਤਰ੍ਹਾਂ ਦਾ ਪੂਰਾ ਸਾਲ ਜਾਂਦਾ ਹੈ ਜੇ ਖੁਸ਼ੀ ਨਾਲ ਸਾਲ ਸ਼ੁਰੂਆਤ ਹੁੰਦੀ ਆ ਤਾਂ ਖੁਸ਼ੀਆਂ ਮਿਲਦੀਆਂ ਨੇ ਜੇ ਗਮੀ ਨਾਲ ਹੁੰਦੀ ਆ ਤਾਂ ਇਸ ਤਰ੍ਹਾਂ ਦੀਆਂ ਕਈ ਉਤਰਾ ਚੜਾਅ ਵਾਲੇ ਦਿਨ ਵੀ ਦੇਖਣੇ ਪੈਂਦੇ ਨੇ ਪਰ ਜੇ ਇੱਕ ਰੱਖਵੀਂ ਦਾ ਜਿਹੜਾ ਪਹਿਲਾ ਦਿਨ ਆ ਉਹ ਵੀ ਰੱਖਵੀਂ ਛੁੱਟੀ ਤੋਂ ਸ਼ੁਰੂ ਹੁੰਦਾ ਹੋਵੇ ਤੇ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੰਨੀਆਂ ਛੁੱਟੀਆਂ ਉਹ ਸਾਲ ਦੇ ਵਿੱਚ ਹੋ ਸਕਦੀਆਂ ਨੇ ਇਸੇ ਤਰ੍ਹਾਂ ਉਸੇ ਮਹੀਨੇ ਦੇ ਵਿੱਚ ਲੋਹੜੀ ਵਾਲਾ ਦਿਨ ਆ ਜਿਹੜਾ 13 ਜਨਵਰੀ ਦਾ ਉਹ ਵੀ ਇੱਕ ਰੱਖਵੀਂ ਛੁੱਟੀ ਵਜੋਂ ਰੱਖਿਆ ਗਿਆ ਹੈ ਜਿਹੜੀਆਂ ਕਿ ਦੋ ਛੁੱਟੀਆਂ ਲਈਆਂ ਜਾ ਸਕਦੀਆਂ ਨੇ ਇੱਕ ਮੁਲਾਜ਼ਮ ਵੱਲੋਂ ਜੇ ਇਸੇ ਤਰ੍ਹਾਂ ਹੀ ਜਿਹੜਾ ਭਗਵਾਨ ਆਦਨਾਥ ਜੀ ਦਾ ਨਿਰਵਾਣ ਦਿਵਸ ਹੁੰਦਾ ਹੈ 20 ਜਨਵਰੀ ਨੂੰ ਉਹ ਵੀ ਇਸ ਵਾਰ ਸ਼ੁੱਕਰਵਾਰ ਨੂੰ ਆਵੇਗਾ ਉਹ ਵੀ ਛੁੱਟੀ ਲਈ ਜਾ ਸਕਦੀ ਹੈ ਬਸੰਤ ਪੰਚਮੀ ਦਾ ਦਿਨ ਹੁੰਦਾ ਉਹ ਵੀ ਛੁੱਟੀ ਲਈ ਜਾ ਸਕਦੀ ਹੈ ਔਰ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਅੰਤਰਰਾਸ਼ਟਰੀ ਮਹਿਲਾ ਦਿਵਸ ਹੁੰਦਾ ਜਿਹੜਾ ਬੀਬੀਆਂ ਦਾ ਦਿਹਾੜਾ ਹੁੰਦਾ 8 ਮਾਰਚ ਨੂੰ ਸਾਰੇ ਜਾਣਦੇ ਨੇ ਉਦੋਂ ਵੀ ਰਾਖਵੀਂ ਛੁੱਟੀ ਲਈ ਜਾ ਸਕਦੀ ਹੈ ਹੋਲਾ ਮਹੱਲਾ ਹੁੰਦਾ ਉਦੋਂ ਵੀ ਰਾਖਵੀਂ ਛੁੱਟੀ ਕੀਤੀ ਜਾ ਸਕਦੀ ਜਿਹੜਾ ਕਿ ਇਸ ਵਾਰ 2023 ਵਿੱਚ 1 ਮਈ ਨੂੰ ਆਵੇਗਾ ਬੁੱਧ ਪੂਰਨਮਾ 5 ਮਈ ਨੂੰ ਹੁੰਦੀ ਹੈ 5 ਮਈ ਨੂੰ ਮਜ਼ਦੂਰਾਂ ਦਾ ਦਿਨ ਵੀ ਹੁੰਦਾ ਉਸ ਦਿਨ ਵੀ ਇਹ ਛੁੱਟੀ ਲਈ ਜਾ ਸਕਦੀ ਹੈ ਇਸੇ ਤਰ੍ਹਾਂ 31 ਮਈ ਨੂੰ ਨਿਰਜਲਾ ਇਕਾदशी ਹੁੰਦੀ ਹੈ ਉਸ ਦਿਨ ਵੀ ਇਹ ਛੁੱਟੀ ਲਈ ਜਾ ਸਕਦੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ 29 ਜੂਨ ਨੂੰ ਹੁੰਦੀ ਹੈ ਉਸ ਦਿਨ ਵੀ ਇਹ ਛੁੱਟੀ ਲਈ ਜਾ ਸਕਦੀ ਹੈ ਮੁਹਰਮ ਦਾ ਦਿਨ ਹੁੰਦਾ ਹੈ 29 ਜੁਲਾਈ ਦਾ ਉਸ ਦਿਨ ਵੀ ਛੁੱਟੀ ਲਈ ਜਾ ਸਕਦੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਅੱਗੇ 31 ਜੁਲਾਈ ਦੀ ਤਾਂ ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਉਸ ਦਿਨ ਵੀ ਇਹ ਰਾਖਵੀਂ ਛੁੱਟੀ ਰੱਖੀ ਗਈ ਹੈ ਕੋਈ ਮੁਲਾਜ਼ਮ ਇਸ ਦਿਨ ਵੀ ਛੁੱਟੀ ਕਰ ਸਕਦਾ ਹੈ ਜਨਮ ਦਿਵਸ ਹੈ ਬਾਬਾ ਜੀਵਨ ਸਿੰਘ ਦਾ 5 ਸਤੰਬਰ ਨੂੰ ਹੁੰਦਾ ਹੈ ਉਸ ਦਿਨ ਵੀ ਇਹ ਛੁੱਟੀ ਕੀਤੀ ਜਾ ਸਕਦੀ ਹੈ ਅਧਿਆਪਕ ਦਿਵਸ ਵੀ ਹੈ ਜਿਹੜਾ ਉਹ ਇਸੇ ਮਹੀਨੇ ਮਨਾਇਆ ਜਾਂਦਾ ਹੈ ਸਾਰਾ ਗੜੀ ਦਿਵਸ ਹੈ ਜਿਹੜਾ 12 ਸਤੰਬਰ ਨੂੰ ਮਨਾਇਆ ਜਾਂਦਾ ਹੈ ਉਸ ਦਿਨ ਵੀ ਇਹ ਰੱਖਮੀ ਛੁੱਟੀ ਦਾ ਹਿੱਸਾ ਬਣਾਇਆ ਗਿਆ ਪਹਿਲਾ ਪ੍ਰਕਾਸ਼ ਜੀ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਸੀ 16 ਸਤੰਬਰ ਨੂੰ ਉਸ ਦਿਨ ਦੇ ਵੀ ਜਿਹੜੀ ਇਹ ਛੁੱਟੀ ਹੈ ਰੱਖਵੀ ਰੱਖੀ ਗਈ ਹੈ ਕੋਈ ਛੁੱਟੀ ਇਸ ਦਿਨ ਵੀ ਲੈ ਸਕਦਾ ਹੈ ਜਨਮ ਦਿਹਾੜਾ ਬਾਬਾ ਸ੍ਰੀ ਚੰਦ ਦਾ ਰੱਖਿਆ ਗਿਆ 24 ਸਤੰਬਰ ਨੂੰ ਇਹ ਰੱਖਵੀਂ ਛੁੱਟੀ ਚ ਸ਼ਾਮਲ ਕੀਤਾ ਗਿਆ ਇਸ ਦਿਨ ਵੀ ਕੋਈ ਛੁੱਟੀ ਲੈ ਸਕਦਾ ਇਸੇ ਤਰ੍ਹਾਂ ਜਿਹੜਾ ਸਰਕਾਰੀ ਕੈਲੰਡਰ ਜਾਰੀ ਹੁੰਦਾ ਹਰ ਸਾਲ ਇਸ ਵਾਰ ਹੋਇਆ 2023 ਦੇ ਵਿੱਚ ਅੱਗੇ ਜਿਹੜੀਆਂ ਛੁੱਟੀਆਂ ਰੱਖੀਆਂ ਨੇ ਅਨੰਤ ਚਤੁਰਦਸ਼ੀ ਆ ਜਿਹੜੀ 28 ਸਤੰਬਰ ਨੂੰ ਹੁੰਦੀ ਹੈ ਤਾਂ 28 ਸਤੰਬਰ ਨੂੰ ਹੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਵੀ ਹੁੰਦਾ ਉਸ ਦਿਨ ਵੀ ਇਹ ਰੱਖਵੀਂ ਛੁੱਟੀ ਦੇ ਵਿੱਚ ਇਸ ਨੂੰ ਸ਼ਾਮਲ ਕੀਤਾ ਗਿਆ ਵੀਰਵਾਰ ਦਾ ਦਿਨ ਬਣੇਗਾ ਇਸ ਵਾਰ ਜਿਸ ਦਿਨੇ ਛੁੱਟੀ ਕੀਤੀ ਜਾ ਸਕਦੀ ਹੈ 28 ਸਤੰਬਰ ਨੂੰ ਹੀ ਜਨਮ ਦਿਵਸ ਹੁੰਦਾ ਜਿਹੜਾ ਪੈਗੰਬਰ ਮੁਹੰਮਦ ਸਾਹਿਬ ਦਾ ਉਸ ਦਿਨ ਵੀ ਇਹ ਛੁੱਟੀ ਹੈ ਜਿਹੜੀ ਰਾਕਮੀ ਰੱਖੀ ਗਈ ਹੈ ਕੋਈ ਉਸ ਦਿਨ ਛੁੱਟੀ ਲੈ ਸਕਦਾ ਯਾਨੀ ਕਿ ਤਿੰਨ ਦਿਨ ਇੱਕੋ ਦਿਨ ਆਉਂਦੇ ਨੇ ਜਿਹੜੀਆਂ ਛੁੱਟੀ ਇੱਕ ਹੀ ਬਣਦੀ ਹੈ ਨਾ ਤਿੰਨਾਂ ਦਿਨਾਂ ਵਿੱਚ ਜੇ ਕੋਈ ਇੱਕ ਛੁੱਟੀ ਕਰੇਗਾ ਉਹ ਕਿਸੇ ਵੀ ਖਾਤੇ ਦੇ ਵਿੱਚ ਪਾਈ ਜਾ ਸਕਦੀ ਹੈ ਜਨਮ ਦਿਵਸ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 16 ਅਕਤੂਬਰ ਨੂੰ ਉਸ ਦਿਨ ਵੀ ਇਹ ਛੁੱਟੀ ਲਈ ਜਾ ਸਕਦੀ ਹੈ ਇਸ ਵਾਰ ਇਹ ਸੋਮਵਾਰ ਬਣੇਗਾ 30 ਅਕਤੂਬਰ ਨੂੰ ਗੁਰਪੁਰਬ ਹੁੰਦਾ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ 30 ਅਕਤੂਬਰ ਨੂੰ ਉਸ ਦਿਨ ਵੀ ਛੁੱਟੀ ਲਈ ਜਾ ਸਕਦੀ ਹੈ ਕਰਵਾ ਚੌਥ ਦਾ ਦਿਨ ਹੁੰਦਾ ਹੈ 1 ਨਵੰਬਰ ਦਾ ਉਸ ਦਿਨ ਵੀ ਛੁੱਟੀ ਲਈ ਜਾ ਸਕਦੀ ਹੈ ਔਰ ਗਵਰਦਨ ਪੂਜਾ ਹੁੰਦੀ ਹੈ 13 ਨਵੰਬਰ ਨੂੰ ਨਵੰਬਰ ਦਾ ਮਹੀਨਾ ਉਸ ਦਿਨ ਵੀ ਛੁੱਟੀ ਲਈ ਜਾ ਸਕਦੀ ਹੈ ਤੇ 15 ਨਵੰਬਰ ਹੁੰਦਾ ਹੈ ਗੁਰਗੱਦੀ ਦਿਵਸ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਉਸ ਦਿਨ ਵੀ ਇਹ ਰੱਖਵੀ ਛੁੱਟੀ ਵਿੱਚ ਸ਼ਾਮਲ ਕੀਤਾ ਗਿਆ ਹੈ 16 ਨਵੰਬਰ ਹੁੰਦਾ ਹੈ ਸ਼ਹੀਦੀ ਦਿਹਾੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਉਸ ਦਿਨ ਵੀ ਇਹ ਛੁੱਟੀ ਦਾ ਦਿਨ ਰੱਖਵਾ ਰੱਖਿਆ ਗਿਆ ਹੈ ਔਰ ਸ਼ਠ ਪੂਜਾ ਹੁੰਦੀ ਹੈ 19 ਨਵੰਬਰ ਨੂੰ 2023 ਦੇ ਵਿੱਚ 19 ਨਵੰਬਰ ਨੂੰ ਇਹ ਰਾਖਵੀ ਛੁੱਟੀ ਦਾ ਦਿਨ ਚੁਣਿਆ ਗਿਆ ਤੇ ਜਨਮ ਦਿਵਸ ਸੰਤ ਨਾਮਦੇਵ ਜੀ ਦਾ 23 ਨਵੰਬਰ ਨੂੰ ਉਸ ਦਿਨ ਵੀ ਇਹ ਛੁੱਟੀ ਰਾਖਵੀ ਰੱਖੀ ਜਾਂਦੀ ਹੈ ਇਸੇ ਤਰ੍ਹਾਂ ਸ੍ਰੀ ਫਤਿਹਗੜ੍ਹ ਸਾਹਿਬ ਜਿਹੜਾ ਸ਼ਹੀਦੀ ਜੋੜ ਮੇਲ ਹੁੰਦਾ ਹੈ ਉਹ ਸਾਬਜਾਦਿਆਂ ਦੇ ਯਾਦ ਦੇ ਵਿੱਚ ਤਿੰਨ ਦਿਨ ਦੇ ਵਿੱਚ 26 27 ਤੇ 28 ਦਸੰਬਰ ਦਾ ਇਸ ਵਾਰ ਜਿਹੜਾ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਬਣੇਗਾ ਉਸ ਦਿਨ ਨੂੰ ਵੀ ਸ਼ਾਮਲ ਕੀਤਾ ਗਿਆ ਰੱਖਮੀਆਂ ਛੁੱਟੀਆਂ ਵਿੱਚ ਇਸ ਤਰੀਕੇ ਦੇ ਨਾਲੇ ਗਿਣਤੀ ਆ ਜਿਹੜੀ ਛੁੱਟੀਆਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਸ ਨੂੰ ਲੈ ਕੇ ਇਹ ਛੁੱਟੀਆਂ ਨੇ ਜਿਹੜੀਆਂ 199 ਦਿਨ ਬਣਦੇ ਨੇ ਬਾਕੀ ਕੰਮ ਕਰਨ ਦੇ ਸਾਲ ਦੇ ਇੱਕ ਵਿੱਚ ਇੱਕ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਦੇ ਜਿਹੜੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਮੁਖ ਦਫ਼ਤਰਾਂ ਤੱਕ ਜਿਹੜੇ ਸਰਕਾਰੀ ਦਫ਼ਤਰ ਨੇ ਵੱਖ-ਵੱਖ ਵਿਭਾਗਾਂ ਦੇ ਉਸ ਵਿੱਚ ਕੰਮ ਕਰਦੇ ਨੇ 96 ਦਿਨ ਤਕਰੀਬਨ 4 ਦਿਨ ਘੱਟ 100 ਦਿਨ ਵਿੱਚ ਜਿਹੜੇ ਨੇ ਮਾਈਨਸ ਕਰ ਦਿੱਤੇ ਜਾਂਦੇ ਨੇ ਸ਼ਨੀਵਾਰ ਤੇ ਐਤਵਾਰ ਬਾਕੀ ਰਹਿੰਦੇ ਜਿਹੜੇ ਨੇ ਉਹਨਾਂ ਦਿਨਾਂ ਵਿੱਚੋਂ 26 ਛੁੱਟੀਆਂ ਗਾਈਟਡ ਨੇ ਤੇ 29 ਛੁੱਟੀਆਂ ਨੇ ਜਿਹੜੀਆਂ ਉਹ ਰਿਜ਼ਰਵ ਰੱਖੇ ਜਾਂਦੇ ਨੇ ਜਿਸ ਵਿੱਚੋਂ ਹਰੇਕ ਮੁਲਾਜ਼ਮ ਤੇ ਜਿਹੜਾ ਕਰਮਚਾਰੀ ਹੈ ਉਸ ਨੂੰ ਦੋ ਛੁੱਟੀਆਂ ਉਹ ਲਈਆਂ ਜਾ ਸਕਦੀਆਂ ਨੇ ਨਗਰ ਕੀਰਤਨ ਸ਼ੋਭਾ ਯਾਤਰਾਵਾਂ ਨਿਕਲਦੀਆਂ ਨੇ 15 ਦਿਨ ਉਸ ਦੇ ਲਈ ਰੱਖੇ ਗਏ ਨੇ ਉਹ ਵੀ ਛੁੱਟੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ ਇਸ ਤਰੀਕੇ ਦੇ ਨਾਲ 174 ਦਿਨ ਕਰੀਬ ਤਕਰੀਬਨ ਬਣਦੇ ਨੇ ਜਿਸ ਦੇ ਵਿੱਚੋਂ ਇਹ ਸਾਰੀਆਂ ਛੁੱਟੀਆਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਕਿ ਕੈ ਕਲੈਂਡਰ ਸਰਕਾਰ ਦਾ ਜਿਹੜਾ ਜਾਰੀ ਹੋਇਆ ਉਸ ਦੇ ਵਿੱਚ ਕਿਹੜੇ ਦਿਨ ਸਰਕਾਰੀ ਦਫ਼ਤਰ ਉਹ ਬੰਦ ਮਿਲਣਗੇ ਤੁਸੀਂ ਜਦੋਂ ਵੀ ਕੰਮ ਕਰਾਉਣ ਜਾਓਗੇ ਔਰ ਬਾਕੀ ਦਿਨ ਰਹਿੰਦੇ ਜਿਹੜੇ ਦਫ਼ਤਰ ਖੁੱਲੇ ਰਹਿਣਗੇ ਉਸ ਦਿਨ ਤੁਹਾਡਾ ਕੰਮ ਹੁੰਦਾ ਜਾਂ ਨਹੀਂ ਹੁੰਦਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਸ ਬਾਰੇ ਵੀ ਆਪਣੀ ਫੀਡਬੈਕ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਰਿਪੋਰਟ ਵਿੱਚ ਐਨਾ ਹੀ ਮੈਨੂੰ ਦੁਆਗਿਆ ਧੰਨਵਾਦ